ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਅੰਤਰਰਾਸ਼ਟਰੀ ਅੰਤਰਰਾਜੀ ਬੱਸ ਅੱਡਾ ਸਾਹਮਣੇ, ਤੁਸੀਂ ਪੜ੍ਹ ਰਹੇ ਹੋ। ਤੇ ਇਹਦੇ ਬਾਹਰ ਨਹੀਂ ਵੀਰੇ, ਬੱਸ ਹੋਰ ਨਾ ਪੈਸੇ ਦਿਓ, ਪਲੀਜ਼ ਹੋਰ ਨਾ ਦਿਓ। ਤੇ ਇਸ ਭੈਣ ਦੀ ਤੁਸੀਂ ਹਾਲਤ ਦੇਖੋ, ਇਸ ਭੈਣ ਦੇ ਨਾਲ ਕੀ ਦੁਰਗਤੀ ਹੁੰਦੀ ਹੋਊਗੀ, ਇਹ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜਿਹੜੀ ਸਾਨੂੰ ਵੀਰੇ ਨੇ, ਰਵਿੰਦਰ ਵੀਰੇ ਨੇ ਵੀਡੀਓ ਬਣਾ ਕੇ ਭੇਜੀ ਸੀਗੀ, ਆ ਚੱਕ ਦੇ ਪੁੱਤ, ਉਹ ਅਰ ਸੀਗੀ ਭੈਣ। ਇਹਦੀ ਭੈਣ ਦੀ ਕੱਲ ਵੀਡੀਓ ਸਾਨੂੰ ਆਈ, ਓਸਵਾਲ ਹਸਪੀਟਲ ਦੇ ਬਾਹਰ ਬੈਠੀ ਸੀ ਭੈਣ ਇਹ। ਉਹ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ, ਉਹਦੇ ਵਿੱਚ ਬਿਲਕੁਲ ਨਗਨ ਅਵਸਥਾ ਚ ਬੈਠੀ ਸੀ ਇਹ ਭੈਣ। ਜਦੋਂ ਅਸੀਂ ਉੱਥੇ ਪਹੁੰਚੇ, ਸਾਡੇ ਟੀਮ ਦੇ ਮੈਂਬਰ ਉੱਥੋਂ ਸਾਨੂੰ ਮਿਲੀ ਨਹੀਂ, ਉੱਥੋਂ ਇਹ ਭੈਣ ਜਾ ਚੁੱਕੀ ਸੀਗੀ। ਕੱਲ ਸ਼ਾਮ ਤੱਕਰ ਵੀ ਸਾਡੇ ਟੀਮ ਦੇ ਮੈਂਬਰ ਇਹਨੂੰ ਆਸੇ ਪਾਸੇ ਦੇਖਦੇ ਰਹੇ ਵੀ ਸ਼ਹਿਰ ਕਿਤੋਂ ਮਿਲ ਜਾਵੇ ਭੈਣ, ਪਰ ਨਹੀਂ ਮਿਲੀ। ਤਾਂ ਅੱਜ ਹੁਣ ਸਾਨੂੰ ਵੀਡੀਓ ਆਉਂਦੀ ਆ ਵੀ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਬੈਠੀ ਆ ਭੈਣ, ਇਹ ਵੀਰੇ ਵੱਲੋਂ ਭੇਜੀ ਗਈ ਵੀਡੀਓ, ਰਜਿੰਦਰ ਵੀਰੇ ਵੱਲੋਂ। ਤਾਂ ਅਸੀਂ ਤੁਰੰਤ ਜਦੋਂ ਸਾਡੇ ਟੀਮ ਮੈਂਬਰਾਂ ਨੂੰ ਲੈ ਕੇ, ਹਰਜੀਤ ਭੈਣ ਤੇ ਸਾਡੀ ਨਵਦੀਪ ਭੈਣ ਨੂੰ, ਅਸੀਂ ਇੱਥੇ ਪਹੁੰਚੇ ਆ। ਇਹ ਭੈਣ ਆਪਣਾ ਨਾਂ ਕੱਟ ਜਿਹਾ ਦੱਸਦੀ ਆ, ਗੱਲਬਾਤ ਦੇ ਲਹਿਜੇ ਤੋਂ ਲੱਗਦਾ ਜਿਵੇਂ ਸ਼ਾਇਦ ਇਹ ਭੈਣ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ, ਜਿੱਦਾਂ ਦਾ ਇਹਨਾਂ ਨੇ ਨਾਮ ਦੱਸਿਆ ਵਾ। ਆਪਣੇ ਪਤੀ ਦਾ ਨਾਂ ਜੁਗਨੂ ਦੱਸਦੇ ਆ, ਪਲੀਜ਼ ਜੇ ਕੋਈ ਪਹਿਚਾਣਦਾ ਇਹਨਾਂ ਨੂੰ, ਜੇ ਕੋਈ ਜਾਣਦਾ ਇਹਨਾਂ ਨੂੰ ਤਾਂ ਸੰਪਰਕ ਕਰੋ। ਸਾਡੇ ਨੰਬਰ ਦਿੱਤੇ ਹੋਏ ਆ ਪੇਜ ਦੇ ਉੱਪਰ। ਯੰਗ ਆ ਕੁੜੀ, ਪੜ੍ਹੀ ਲਿਖੀ ਵੀ ਲੱਗਦੀ ਆ, ਸਮਝਦਾਰ ਵੀ, ਮੈਂਟਲੀ ਠੀਕ ਨਹੀਂ ਹੈਗੀ। ਤੇ ਇਸ ਤਰ੍ਹਾਂ ਦੀਆਂ ਸਾਡੀਆਂ ਭੈਣਾਂ ਦੀ ਸੜਕਾਂ ਤੇ ਕੀ ਦੁਰਗਤੀ ਹੁੰਦੀ ਆ, ਕਿੱਦਾਂ ਕਿੱਦਾਂ ਦਾ ਇਹਨਾਂ ਨੂੰ ਹਵਾਨ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ, ਇਹ ਅਸੀਂ ਅਕਸਰ ਹਰ ਰੋਜ਼ ਸੋਸ਼ਲ ਮੀਡੀਆ ਰਾਹੀਂ, ਨਿਊਜ਼ ਪੇਪਰਾਂ ਰਾਹੀਂ, ਨਿਊਜ਼ ਚੈਨਲਾਂ ਰਾਹੀਂ ਸੁਣਦੇ ਆ, ਦੇਖਦੇ ਆ। ਜਦੋਂ ਰਾਤ ਦਾ ਅੰਧੇਰਾ ਹੁੰਦਾ, ਉਹ ਗਿੱਧ ਨੋਚ ਨੋਚ ਕੇ ਖਾਂਦੇ ਨੇ, ਉਹ ਭੇੜੀਏ ਨੋਚ ਨੋਚ ਕੇ ਖਾਂਦੇ ਨੇ ਇੱਦਾਂ ਦੀਆਂ ਭੈਣਾਂ ਨੂੰ। ਇਸ ਭੈਣ ਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਹੋਵੇ, ਆਪਣੇ ਪਰਿਵਾਰ ਦੇ ਵਿੱਚ ਬਤੀਤ ਹੋਵੇ, ਉਹਦੇ ਲਈ ਪਲੀਜ਼ ਅਰਦਾਸ ਵੀ ਕਰਿਓ, ਉਹ ਮਿਹਰ ਕਰਿਓ ਅੱਲਾ, ਉਹ ਰਾਮ, ਵਾਹਿਗੁਰੂ ਭਗਵਾਨ, ਇਹ ਭੈਣ ਆਪਣਿਆਂ ਤੱਕ ਪਹੁੰਚ ਸਕੇ, ਆਪਣੇ ਬੱਚਿਆਂ ਤੱਕ, ਆਪਣੇ ਮਾਂ ਬਾਪ, ਆਪਣੇ ਪਰਿਵਾਰ ਤੱਕ ਪਹੁੰਚ ਸਕੇ। ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ। ਕੱਟੀ ਜਾ, ਹਮ ਤੇਰੇ ਕੋ ਇਧਰ ਗਾੜੀ ਮੈਂ ਨਾ ਛੋੜ ਦਿੱਤੇ, ਦੇਖੋ ਜੇ ਗਾੜੀ, ਚਲੋ ਬੈਠੋ, ਉੱਠੋ ਉੱਠੋ ਦੀਦੀ ਉੱਠੋ, ਕੋਈ ਵੈਲਿਊ ਨਹੀਂ ਇਹਦੀ, ਆ ਕੇ ਮਿਊਨਸੀਪਲ ਕਮੇਟੀ ਦੀ ਗੱਡੀ, ਪਰ ਜਿਉਂਦੀ ਨੂੰ ਚੱਕਣ ਵਾਲਾ ਕੋਈ ਨਹੀਂ ਇਸ ਭੈਣ ਨੂੰ ਸਾਡੇ। ਭੈਣੇ ਕੀ ਨਾਮ ਦੱਸਿਆ ਤੂੰ ਆਪਣਾ? ਖਤੀਜਾ ਹੈ ਮੇਰਾ ਨਾਮ। ਖਤੀਜਾ, ਖਤੀਜਾ ਕਿਆ, ਔਰ ਪਤੀ ਦਾ ਨਾਮ ਕਿਆ ਹੈ? ਜੁਗਨੂ ਹੈ ਮੇਰਾ। ਜੁਗਨੂ, ਔਰ ਬੱਚੇ ਹੈ? ਦੋ ਬੱਚੇ ਹੈ। ਕਿਆ ਨਾਮ ਹੈ ਬੇਟੇ ਦਾ? ਬੇਟੇ ਦਾ ਨਾਮ ਕਿਆ ਹੈ ਕਿ ਨਹੀਂ ਮਾਲੂਮ। ਬੇਟੀ ਦਾ? ਬੇਟੀ ਦਾ ਆਫਰੀਨ। ਬੇਟੀ ਦਾ ਨਾਮ ਤਾਂ ਪਤਾ ਹੈ ਨਾ? ਬੇਟੀ ਦਾ ਨਾਮ ਆਫਰੀਨ ਹੈ ਬੱਚਾ। ਆਫਰੀਨ, ਅਰੇ ਆਫਰੀਨ, ਕਿਤਨੀ ਬੜੀ ਆਫਰੀਨ? ਇਤਨੀ ਬੜੀ ਹੈ ਆਫਰੀਨ, ਸਕੂਲ ਜਾਤੀ ਹੈ? ਔਰ ਬੇਟਾ? ਬੇਟਾ ਇਨਕੇ ਹੋਤਾ ਹੈ। ਇਨਕੇ ਜਾਤਾ ਹੈ। ਔਰ ਤੁਹਾਡੇ ਪਤੀ ਕੀ ਕਰਦੇ ਹੈ? ਸ਼ੌਹਰ ਕਾ ਕੰਮ ਕਰਦੇ ਬੇਟਾ। ਕਿਆ?
चुना डालते बेटा, चुना डालते हैं, चुना डालते कलर। और तुम्हारे अब्बू? अब्बा नहीं है, मर गए। मर गए अब्बा, अम्मी मर गए, अम्मी भी मर गए। और ससुराल में? ससुराल में बोरा बंडा रहती हूँ। है कहाँ पे तेरा मायका? कहाँ पे दीदी? बोरा बंडा। बोरा बंडा। और शादी कहाँ हुए तुम्हारा? शादी क्या है कि नहीं, निकाह कहाँ हुआ? निकाह शादी खाने में हुआ शायद बेटा। शादी खाने में हुआ था मेरे को नहीं। कौन से शहर में हुआ था? क्या है कि नहीं मालूम। शहर कौन सा था? हैदराबाद बेटा। हैदराबाद में छोड़ देता ना मेरे। ठीक है छोड़ देंगे, छोड़ देंगे, छोड़ दो। वही कही अंधिया मेरे को छोड़ दो, मेरे घर पे हैदराबाद छोड़ दो, मैं तुम्हारे पांव पड़ता। एक मिनट से रुड़ के आके गड्डी च बैठ गई। देखो अनजान बंदियां दे नाल बैठना ते किन्नी क तकलीफ च हो, किन्नी क दुखी हो बेचारी जिहड़ी फटाफट जे माड़ा जिहा सहारा मिलिया जदे ही बैठ गई आके। नहीं तां सब तो भी डर सकती, जिद करदी मैं नहीं जाणा मैनूं कित्थे लै चले हो, क्योंकि उहनूं किते ना किते पता जो मेरे नाल हो रहा उहदे नाल तां कुछ चंगे ही होणगे। जो मेरी दुर्दशा करते ने उस तो वध तां नहीं मेरे नाल कोई कर सकता। इसे करके भैण बाहां ते हत्थां नाल रुड़दी रुड़दी आके गड्डी च बैठ गई। थले दी इक पजामी पाई है जिहड़ी बॉडी वार्मर हुंदा वा, उपर दी इक टी शर्ट पाई है पतली जी। ठंड आ, पैरां तों भी सिर तों भी नंगी है भैण। ये भैण रोना नहीं है दीदी, रोना हम तुम्हारे भाई हैं, हम भाई हैं तुम्हारे भाई। ये दीदी है बड़ी वाली जो छोटी वाली दीदी है, हम तुम्हारे भाई हैं, ठीक है। बहुत लोग परेशान करते थे, डोर लगा दे, लगा लेते दरवाजे। रोना नहीं है, रोना नहीं है दीदी, तू मेरी छोटी बहन है, तू मेरी दीदी है, रोना नहीं है दीदी, रोना नहीं है, रोना नहीं है मेरी बहन। एक ओंकार सतनाम करता पुरख निरभउ निरवैर अकाल मूर्त जी सब सचार सच सच नानक वसी। महाराज मेहर करो मेरी भैन ते, अल्लाह ताला मेहर करो मेरी छोटी भैन ते, एदा घर लभ जे मेरी भैन दा, है ना। घर जाएगी अफरीन के पास, है ना, अफरीन, अफरीन बेटी का नाम है ना, अफरीन के पास जाएंगे, जाएंगे, जाएंगे। डोर लगा रहे थे, देखो अंग्रेजी दे विच कह रही है ना भी डोर लगा दो, दरवाजा नहीं कह रही। हां जी ठीक है, ठीक है भाई, ठीक है। पढ़ी लिखी है भैन है ना, कहती डोर लगा दो, पर पता नहीं ओ दरवाजे किथे आ, ओ डोरा किथे ने जेड़ी एदे लई बनिया हुई, पता नहीं ओ आलना किथे आ जिदी के मालक सी, जिदी ए बसिंदा वा, जेड़े आलने च ए व्याह के आई सी जां जेड़े आलने दे विच जम्मी सी, उस आलने तक पहुंचाउण दे लई वीडियो नूं शेयर करो, उस घर नूं लभण लई, उस परिवार नूं लभण लई जिदे विच अपनी बेटी दा नां अफरीन दसदी है भैण, अफरीन तिकर लैके जाण लई प्लीज वीडियो नूं शेयर करो। अपने आस पास ख्याल रख्या करो, जिदा इन्हां वीरां ने जिम्मेवारी समझदिआं। देखो सोशल मीडिया ते आपां वीडियो तां पाई सकदे आ ना, होर नहीं कुछ कर सकदे आपां। तुहाडे कोले हरेक दी जेब दे विच इक चैनल आ, आज तक चैनल वर्गा चैनल, तुसीं घट्टो घट्ट उहदी वीडियो बना के सोशल मीडिया ते तां पाओ ना, कोई ना कोई आपे ही सुन लैंदा, कोई खबर की महाराज ने कदों कित्थे सुन लैणी आ। इन्हां वीरां ने अज उपराला कीता,
ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸੇਵਾ ਬਖਸ਼ੀ। ਧੰਨਵਾਦ ਆ ਬਾਈ ਦਾ, ਅਰਦਾਸ ਕਰਿਓ ਅਸੀਂ ਇਸ ਭੈਣ ਦੀ ਸੇਵਾ ਸੰਭਾਲ ਕਰ ਸਕੀਏ, ਇਸ ਭੈਣ ਨੂੰ ਇਹਦੇ ਆਪਣਿਆਂ ਤੱਕ ਪਹੁੰਚਾ ਸਕੀਏ। ਇਹ ਸਾਡਾ ਠੀਕ ਆ ਬਾਈ, ਸ਼ੁਕਰੀਆ ਬਾਈ। ਤੁਸੀਂ ਵੀ ਆਟੋ ਚਲਾਉਂਦੇ ਹੋ? ਸ਼ੁਕਰੀਆ ਬਾਈ, ਧੰਨਵਾਦ ਬਾਈ, ਆਟੋ ਸਟੈਂਡ ਵਾਲੇ ਬਾਈਆਂ ਦਾ ਬਹੁਤ ਧੰਨਵਾਦ। ਨਹੀਂ ਨਹੀਂ, ਸ਼ੁਕਰੀਆ ਸ਼ੁਕਰੀਆ, ਧੰਨਵਾਦ ਬਾਈ, ਧੰਨਵਾਦ, ਜਿਉਂਦੇ ਵਸਦੇ ਰਹੋ ਬਾਈ। ਇਹ ਸਾਡਾ ਇੱਕ ਕੰਸੈਂਟ ਲੈਟਰ ਹੁੰਦਾ ਜੀ, ਇਹਦੇ ਉੱਤੇ ਦੋ ਗੱਲਾਂ ਲਿਖੀਆਂ ਹੁੰਦੀਆਂ। ਅੱਜ ਮਿਤੀ 10/20/24 ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ, ਪਰਿਵਾਰ ਦੀ ਟੀਮ ਅੰਤਰਰਾਜੀ ਬੱਸ ਅੱਡਾ ਲੁਧਿਆਣਾ ਪੁੱਜੀ ਹੈ। ਸਾਡੀ ਟੀਮ ਨੂੰ ਧਰਮਿੰਦਰ ਸਿੰਘ ਵੀਰ ਵੱਲੋਂ ਜਾਣਕਾਰੀ ਦੇਣ ਤੇ ਪਤਾ ਲੱਗਦਾ ਹੈ ਕਿ ਇੱਥੇ ਲਿਖਾਂਗੇ ਅਸੀਂ ਜਿਹੜੀਆਂ ਗੱਲਾਂ ਵੀ ਇੱਥੇ ਇੱਕ ਭੈਣ ਲਵਾਰਸ ਘੁੰਮ ਰਹੀ ਹੈ ਜੋ ਕਿ ਮੈਂਟਲੀ ਅਪਸੈਟ ਹੈ, ਜਿਹਦੀ ਕੋਈ ਉਹਨੂੰ ਆਪਣੀ ਸੋਝੀ ਨਹੀਂ, ਉਹਦੇ ਕੋਲੇ ਕੁਝ ਵੀ ਨਹੀਂ, ਪੂਰੇ ਕੱਪੜੇ ਵੀ ਹੈ ਨਹੀਂ ਤਨ ਤੇ, ਉਹਦਾ ਨਾਮ ਲਿਖ ਕੇ ਭੈਣ ਦੀ ਚੰਗੀ ਵਿੱਚੇ ਕਰੀ ਜਾਂਦੇ ਹਾਂ, ਚੰਗੀ ਜ਼ਿੰਦਗੀ ਤੇ ਸੇਵਾ ਸੰਭਾਲ ਲਈ ਸਾਡੀ ਮਨੁੱਖਤਾ ਦੀ ਸੇਵਾ ਟੀਮ, ਪਰਿਵਾਰ ਦੀ ਟੀਮ, ਇਹਨਾਂ ਨੂੰ ਮੌਕੇ ਤੇ ਮੌਜੂਦ ਪੰਚ ਸਰਪੰਚ ਤੇ ਮੋਹਦਵਾਰਾਂ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਆਪਣੀ ਸੰਸਥਾ ਪਿੰਡ ਹਸਨਪੁਰ ਲੁਧਿਆਣਾ ਵਿਖੇ ਲੈ ਕੇ ਜਾ ਰਹੀ ਹੈ। ਇੱਕ ਸਾਡਾ ਸਪੈਸ਼ਲ ਨੋਟ ਹੁੰਦਾ ਜੀ ਇਹ, ਸਾਡੀ ਟੀਮ ਇਹਨਾਂ ਦੀ ਚੱਲ ਅਤੇ ਅਚੱਲ ਜਾਇਦਾਦ ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਏਗੀ, ਸਾਡੀ ਟੀਮ ਇਹਨਾਂ ਨੂੰ ਸਿਰਫ ਸੇਵਾ ਸੰਭਾਲ ਲਈ ਲੈ ਕੇ ਜਾ ਰਹੀ ਹੈ। ਮਤਲਬ ਸਾਡਾ, ਚਲੋ ਇਹ ਤਾਂ ਭੈਣ ਬੈਠੀ ਵਿਚਾਰੀ, ਹਾਲਾਤ ਇੱਦਾਂ ਦੇ ਸੀ, ਬਹੁਤ ਸਾਰੇ ਲੋਕ ਜਿਹੜੇ ਆਪਣੇ ਘਰਾਂ 'ਚ ਕੋਠੀਆਂ 'ਚ ਬੈਠੇ ਹੁੰਦੇ ਆ, ਜ਼ਮੀਨਾਂ ਜਾਇਦਾਦਾਂ ਵਾਲੇ ਵੀ ਹੁੰਦੇ ਆ, ਅਸੀਂ ਕਿਸੇ ਦੀ ਪ੍ਰੋਪਰਟੀ ਕਲੇਮ ਨਹੀਂ ਕਰਦੇ, ਕਦੇ ਵੀ ਕੋਈ ਬੰਦਾ ਆ ਕੇ ਕੋਈ ਸਾਬਤ ਕਰ ਦੇਵੇ ਕਿਸੇ ਚੀਜ਼ ਤੋਂ, ਅਸੀਂ ਸਿਰਫ ਉਹ ਜਿਹੜੀ ਬਖਸ਼ੀ ਸੇਵਾ ਵਾਹਿਗੁਰੂ ਦੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਕਿਰਪਾ ਕਰਨ ਇਸ ਭੈਣ ਦੀ ਵੀ ਅਸੀਂ ਸੇਵਾ ਸੰਭਾਲ ਕਰ ਸਕੀਏ, ਤੇ ਜੇ ਤੁਸੀਂ ਪਹਿਚਾਣਦੇ ਹੋ ਤਾਂ ਸੰਪਰਕ ਕਰੋ, ਜੇ ਨਹੀਂ ਪਹਿਚਾਣਦੇ ਤਾਂ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਸ਼ੁਕਰੀਆ ਰਮਿੰਦਰ ਜੀ, ਅੱਗੇ ਆਪਣੀ ਮੁਲਾਕਾਤ ਪਹਿਲਾਂ, ਹਾਂ ਮੈਂ ਪਛਾਣ ਲਿਆ ਤੁਹਾਨੂੰ, ਜਦੋਂ ਤੁਸੀਂ ਆ ਕੇ ਮਿਲੇ ਮੈਂ ਪਛਾਣ